कहते हैं ना, भूखे को खाना खिलाना, लाचार के साथ खड़े होना और मुश्किल में साथ देना, ये ही अच्छे इंसान की निशानी होती है। और जहाँ आज कोरोना वायरस चल रहा है, लोग जॉब नहीं कर रहे हैं, रिक्शे वाले रिक्शा नहीं चला रहे हैं, जो सुबह रिक्शा चलाते हैं और रात को खाना खाते हैं उसी कमाई से, उनका पेट तो भूखा हो गया ना। और जब इस मौके पर कोई भी इंसान इनको खाना खिलाने आता है, इनकी मदद करने आता है, तो ये तो उसको भगवान का ही रूप समझेंगे ना। ऐसा ही हुआ है, जैसे कर्फ्यू के दौरान काम काज बंद होने की वजह से लोग मुश्किलों में थे, जिस वजह से आज जस्ट सेवा सोसाइटी मसीहा बनकर उन लोगों के घरों तक पहुंचा और राशन देकर उन लोगों की खुशी दी। इस मौके जस्ट सेवा सोसाइटी के मुखिया का कहना है कि इस समय लोगों के काम काज ठप हो चुका है और लोगों के घरों में खाने के लिए राशन नहीं है। उन्हें पता चला था कि जिस वजह से वह उन परिवारों तक पहुँचे और उन्हें राशन दिया। इस मौके थाने के मुखिया का कहना है कि ऑटो चलाने वाले परिवारों को राशन की बहुत ज़रूरत थी, क्योंकि लॉकडाउन की वजह से उनका काम काज बंद था, उन्हें राशन की ज़रूरत थी और आज राशन दिया गया। दसो मेरे एक साल पहले छज्जे बने क्या, हम खबे बने हो गया ते सारा डैमेज हो गया, लत नहीं कम करती ते बाह नहीं कम करती। काम की करते ही काम आटो दा, तो हुन फिर किस तरह करदा जा चलदा ऐदा ही लंगर पानी दे जांदे आ आ गुरदा दे वाली। ते घर च कमाउणा कोई नहीं, और कमाने वाला कोई नहीं है। कितने बच्चे? कितने बच्चे? 3 है जी। कितना का मैंने इलाज कराया हूं तक, तो कितने पैसे लगे है? 70,000 रुपए लगे। ते कितों अरेंज किया घर च कमाउण तो है कोई नहीं, रिश्तेदार रिश्तेदार कर देंगे, गरीबी तरसी रब तरसी। ਟੈਕ ਪੈਰਾਂ ਦਾ ਟੈਕ ਹੋ ਗਿਆ, ਹੁਣ ਕੀ ਹੋਇਆ? ਹੱਥ ਪੈਰ ਹੋ ਗਏ ਕਿੱਦਾਂ? ਸੋਸਾਇਟੀ ਦਾ ਨਾਮ
ਸਤਿ ਸ਼੍ਰੀ ਅਕਾਲ ਜੀ, ਮੈਂ ਅਰਵਿੰਦਰ ਸਿੰਘ ਭਾਟੀਆ ਜੀ, ਜਸਟ ਵਸ ਸੁਸਾਇਟੀ ਦਾ ਮੈਂਬਰ ਹਾਂ ਜੀ। ਅਤੇ ਅਸੀਂ ਇੱਥੇ ਹਰਜੀਤ ਜੀ ਹੈਗੇ ਨੇ ਸਾਡੇ ਜਰਨਲਿਸਟ, ਉਹਨਾਂ ਨੇ ਸਾਨੂੰ ਬੁਲਾਇਆ ਸੀ। ਅਤੇ ਇੱਥੇ ਮਾਲਾ ਪਿੰਡ ਵਿੱਚ ਇੱਥੇ ਬਹੁਤ ਹੀ ਲੋੜਵੰਦ ਆਟੋ ਵਾਲੇ ਹੈਗੇ ਨੇ, ਜਿਨ੍ਹਾਂ ਤੱਕ ਅੱਜ ਤੱਕ ਹਲੇ ਰਾਸ਼ਨ ਪੂਰਾ ਨਹੀਂ ਪਹੁੰਚ ਪਾਇਆ ਸੀ, ਜਾਂ ਪਹੁੰਚਿਆ ਸੀ ਤਾਂ ਥੋੜ੍ਹਾ ਥੋੜ੍ਹਾ ਹੈਲਪ ਕਿਸੇ ਨੇ ਆਸ ਪਾਸ ਲੰਗਰ ਦੀ ਕੀਤੀ ਸੀ ਗੁਰਦੁਆਰਿਆਂ ਵੱਲੋਂ, ਲੇਕਿਨ ਉੱਥੋਂ ਹੀ ਪੂਰਾ ਨਹੀਂ ਉਹਨਾਂ ਨੂੰ ਹੁਣ ਇਸ ਵਕਤ 2 ਮਹੀਨੇ ਹੋ ਗਏ ਨੇ, ਹੋ ਚੱਲੇ ਨੇ ਇਸ ਗੱਲ ਨੂੰ, ਪੂਰਾ ਉਹਨਾਂ ਨੂੰ ਰਾਸ਼ਨ ਰੋਜ਼ ਖਾਣਾ ਗੁਰਦੁਆਰੇ ਤੋਂ ਵੀ ਨਹੀਂ ਆ ਰਿਹਾ ਉਹਨਾਂ ਵਾਸਤੇ। ਅਤੇ ਬੜੀ ਪਰੇਸ਼ਾਨੀ ਸੀ ਬੱਚਿਆਂ ਨੂੰ, ਬਜ਼ੁਰਗਾਂ ਨੂੰ, ਘਰ ਦੇ ਮਾਤਾਵਾਂ ਨੂੰ, ਅਤੇ ਹੋਰ ਵੀ। ਅਤੇ ਉਸ ਕਰਕੇ ਇਹਨਾਂ ਦੀਆਂ ਕਿਸ਼ਤਾਂ ਵੀ ਜਾਣੀਆਂ ਸੀ ਆਟੋ ਵਾਲੇ ਦੀਆਂ, ਉਹ ਵੀ ਨਹੀਂ ਜਾ ਪਾਈਆਂ। ਦਿਹਾੜੀ ਜਿਹੜਾ 2-400 ਲਿਆਉਂਦੇ ਸੀ ਕਮਾ ਕੇ, ਉਹ ਵੀ ਨਹੀਂ ਲਿਆ ਪਾਏ। ਅਤੇ ਮਜਬੂਰੀ ਇਹਨਾਂ ਦੀ ਜ਼ਿਆਦਾ ਸੀ। ਜਦੋਂ ਆ ਕੇ ਅਸੀਂ ਕੱਲ੍ਹ ਹਾਲਾਤ ਦੇਖੇ, ਕੱਲ੍ਹ ਇੱਕ ਵੀਡੀਓ ਵੀ ਇਹਨਾਂ ਨੇ ਪਾਇਆ ਸੀ ਹਰਜੀਤ ਜੀ ਨੇ, ਕਿਸੇ ਆਟੋ ਵਾਲੇ ਦੇ ਘਰ ਦਾ, ਉਹ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਪਤਾ ਨਹੀਂ ਕੀ ਚੱਕਰ ਸੀ, ਮਤਲਬ ਘਰ ਦੇ ਹਾਲਾਤ ਇਹੋ ਜਿਹੇ ਸੀ ਜਾਂ ਟੈਨਸ਼ਨ ਜ਼ਿਆਦਾ ਸੀ, ਤਾਂ ਉਹਨਾਂ ਨੂੰ ਪਹਿਲਾਂ ਅਟੈਕ ਹੋ ਗਿਆ। ਅਤੇ ਇਸ ਤਰ੍ਹਾਂ ਹੋਰਾਂ ਦੇ ਵੀ ਹਾਲਾਤ ਇਹੋ ਜਿਹੇ ਬਣੇ ਹੁੰਦੇ ਨੇ, ਲੇਕਿਨ ਸਾਨੂੰ ਪਤਾ ਨਹੀਂ ਚੱਲਦਾ। ਅੰਦਰੋਂ ਬਹੁਤ ਜ਼ਰਾ ਬੋਝ ਹੁੰਦਾ ਪੂਰੇ ਪਰਿਵਾਰ ਦਾ, ਕਿ ਪਰਿਵਾਰ ਭੁੱਖਾ ਬੈਠਾ, ਉਹਨਾਂ ਨੂੰ ਕਿਸ ਤਰ੍ਹਾਂ ਅਸੀਂ ਦੇਖੀਏ, ਨਾ ਉਹਨਾਂ ਦਵਾਈਆਂ ਆ ਰਹੀਆਂ, ਨਾ ਉਹਨਾਂ ਵਾਸਤੇ ਖਾਣਾ ਆ ਰਿਹਾ, ਨਾ ਹੋਰ ਘਰ 'ਚ ਜ਼ਰੂਰਤਾਂ ਚੀਜ਼ਾਂ ਆ ਰਹੀਆਂ। ਅਤੇ ਇਸ ਕਰਕੇ ਬੇਨਤੀ ਹੈ, ਜਿੰਨਾ ਅਸੀਂ ਹੋ ਸਕਾ ਸੀ ਅੱਜ ਕੀਤਾ, ਹੋਰ ਵੀ ਜਿੰਨਾ ਅਸੀਂ ਕਰ ਸਕਾਂਗੇ ਜ਼ਰੂਰ ਕਰਾਂਗੇ ਤੁਹਾਡੇ ਸਾਰੇ ਸਹਿਯੋਗ ਨਾਲ। ਅਤੇ ਹੋਰਾਂ ਨੂੰ ਵੀ ਬੇਨਤੀ ਹੈ, ਕੁਛ ਐਨਜੀਓਜ਼ ਵਾਲੇ ਨੇ, ਕੁਛ ਪ੍ਰਾਈਵੇਟ ਅਗਰ ਇੱਥੇ ਆ ਕੇ ਕੁਛ ਵੀ ਕਰਨਾ ਚਾਹੁੰਦੇ ਨੇ ਇੰਡੀਵਿਜੁਅਲ, ਤਾਂ ਪਲੀਜ਼ ਇੱਥੇ ਮਾਲਾ ਪਿੰਡ ਆ ਕੇ ਤੁਸੀਂ ਹਰਜੀਤ ਜੀ ਨੂੰ ਕੰਟੈਕਟ ਕਰ ਲਓ, ਡਾਇਰੈਕਟ ਇੱਥੇ ਆ ਜਾਓ, SHO ਸਾਹਿਬ ਹੈਗੇ ਨੇ ਕਮੋ ਚੌਂਕੀ ਦੇ, ਉਹਨਾਂ ਨੂੰ ਕੰਟੈਕਟ ਕਰ ਲਓ, ਅਤੇ ਉਹਨਾਂ ਦੇ ਕੋਲ ਵੀ ਲਿਸਟਾਂ ਹੈਗੀਆਂ ਜਿਨ੍ਹਾਂ ਨੂੰ ਪਰਿਵਾਰਾਂ ਨੂੰ, ਜਿਨ੍ਹਾਂ ਨੂੰ ਬਹੁਤ ਲੋੜ ਹੈ ਜੀ। ਅਤੇ ਪਲੀਜ਼ ਬੇਨਤੀ ਹੈ ਜੀ, ਅਤੇ ਇੱਥੇ ਆ ਕੇ ਜ਼ਰੂਰ ਥੋੜ੍ਹੀ ਹੈਲਪ ਕਰੋ। ਦੇਖੋ, ਕੁਝ ਆਟੋ ਵਾਲੇ ਸੀਗੇ, ਕੁਝ ਹੋਰ ਜ਼ਰੂਰਤਮੰਦ ਪਰਿਵਾਰ ਸੀਗੇ ਜਿਨ੍ਹਾਂ ਨੂੰ ਰਾਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਸੀਗੀ। ਸੇਵਾ ਸੁਸਾਇਟੀ ਵਾਲਿਆਂ ਨੂੰ ਰਿਕੁਐਸਟ ਕਰਕੇ ਉਹਨਾਂ ਨੂੰ, ਸੇਵਾ ਸੁਸਾਇਟੀ ਵਾਲੇ ਆਏ, ਉਹਨਾਂ ਨੂੰ ਰਾਸ਼ਨ ਪ੍ਰੋਵਾਈਡ ਕਰਾਇਆ ਗਿਆ ਤਾਂ ਜੋ ਉਹਨਾਂ ਦਾ ਘਰ ਦਾ ਗੁਜ਼ਾਰਾ ਚੱਲ ਸਕੇ ਜਿਹੜਾ ਹੈਗਾ। ਕਿਉਂਕਿ ਤੁਹਾਨੂੰ ਪਤਾ ਲੋਕਡਾਊਨ ਦੇ ਦੌਰਾਨ ਕਈ ਆਟੋ ਕਿੰਨੇ ਦਿਨ ਦੇ ਬੰਦ ਸੀਗੇ, ਅਤੇ ਲੋਕਡਾਊਨ ਦੀ ਪਾਲਣਾ ਕਰ ਰਹੇ ਸੀਗੇ, ਜੋ ਅੱਜ ਉਹਨਾਂ ਨੂੰ ਰਾਸ਼ਨ ਸੇਵਾ ਸੁਸਾਇਟੀ ਵੱਲੋਂ ਦਿੱਤਾ ਗਿਆ। ਅੰਮ੍ਰਿਤਸਰ ਸੇ ਅਮਨਦੀਪ ਕੀ ਰਿਪੋਰਟ, ਬੁਲੰਦ ਟੀਵੀ।